ਅੱਜ ਵਾ ਰਹੇ ਹਾਂ ਬਈ ਨਾਟਕਰਾਂ ਨਾਲ, ਪਾਏ ਹੋਏ ਆ ਪਿੱਛੇ 3 ਪਲਾਓ। ਪਹਿਲਾਂ ਫੋੜ ਮਗਰ ਪਾਏ ਸੀ, ਉਹ ਥੋੜ੍ਹੇ ਸਲਿੱਪ ਲੈ ਰਿਹਾ ਸੀ, ਜ਼ੋਰ ਵੀ ਘੱਟ ਲਾ ਰਿਹਾ ਸੀ। ਬਈ ਮਿੱਟੀ ਦੀਆਂ ਤੈਹਾਂ ਹੀ ਬਦਲੀ ਜਾਂਦੇ ਆ। ਅਸਲ ਵਿੱਚ ਜੇ ਡੰਘਾਈ 'ਚ ਪਾਉਣਾ ਤਾਂ 3 ਹਾਲ ਹੀ ਪਾਉਂਦੇ ਆ। ਆਹ ਵੇਖੋ, ਇੱਥੇ ਥੋੜ੍ਹਾ ਜਿਹਾ ਉੱਪਰ ਚੱਕਿਆ, ਪਰ ਆਹ ਦੇਖੋ ਲਾਲ ਮਿੱਟੀ ਕੱਢ ਰਿਹਾ ਟਰੈਕਟਰ। ਆਹ ਕਾਲੀ ਅਲੱਗ ਰੰਗ ਦੀ ਆ, ਅਤੇ ਆਹ ਵੇਖੋ ਲਾਲ ਮਿੱਟੀ। ਤੇਲ ਵੀ ਕੋਈ ਬਾਹਲਾ ਜ਼ਿਆਦਾ ਨਹੀਂ ਮੱਚਦਾ, 1 ਕਿੱਲੇ ਦਾ ਮੰਨ ਕੇ ਚੱਲੋ ਵੀ 5-5.5 ਲੀਟਰ ਤੇਲ ਤਾਂ ਫੋੜ ਨੇ ਲੈਤਾ, ਇਹ ਉਦੋਂ ਵੀ ਘੱਟ ਲੈਂਦਾ, ਅਤੇ ਨਾਲੇ ਵਾਹੁੰਦਾ ਜ਼ਿਆਦਾ ਡੂੰਘਾ। ਬਸ ਐਵੇਂ ਲੋਕ ਡਰਦੇ ਆ ਇਹਨਾਂ ਹਾਲਾਂ ਦੀ ਵਾਹੀ ਤੋਂ, ਅਤੇ ਬਹੁਤ ਵਧੀਆ ਵਾਹੀ ਹੁੰਦੀ ਹੈ ਇਹਨਾਂ ਹਾਲਾਂ ਦੀ। ਜਿਵੇਂ ਕਿ ਨਦੀਨਾਂ ਦਾ ਨਸ਼ਟ ਹੋ ਜਾਂਦੇ ਆ ਬਹੁਤ ਜ਼ਿਆਦਾ, ਜਿਵੇਂ ਝੋਨਿਆਂ ਦੇ ਡੀਲਾ ਵਗੈਰਾ, ਅਤੇ ਕਣਕ ਬੀਜਣ ਤੋਂ ਪਹਿਲਾਂ ਇਹਨਾਂ ਨੇ ਵਾਹਿਆ ਹੋਵੇ ਤਾਂ ਗੁੱਲੀ ਡੰਡਾ, ਅਤੇ ਇੱਕੋ ਪਾਲਕ ਜੀ ਹੁੰਦੀ ਆ, ਇਹ ਦੋਵੇਂ ਤਰ੍ਹਾਂ ਦੇ ਨਦੀਨ ਵਾਹਣ 'ਚ ਪੈਦਾ ਹੀ ਨਹੀਂ ਹੁੰਦੇ, ਇਹ ਚੀਜ਼ ਨਾਲ ਵਾਹ ਕੇ। ਕੱਲ ਹੀ ਟਰੈਕਟਰ ਤੂੜੀ ਵਾਲੀ ਮਸ਼ੀਨ ਦਾ ਕੱਲ੍ਹ ਲਾਸਟ ਦਿਨ ਸੀਗਾ, 3 ਕੁ ਟਰਾਲੀਆਂ ਅੱਜ ਭਰੀਆਂ, ਅਤੇ ਉਸ ਤੋਂ ਬਾਅਦ ਇੱਧਰ ਜੋੜ ਲਿਆ ਸ਼ੋ ਕੱਸ ਕੇ, ਛੋਟਾ ਵਾਹ ਰਿਹਾ। ਇਹ ਬਣੇ ਹੋਇਆ ਬਈ ਹਾਲ ਸੰਗਰੀਏ ਦੇ ਮਿਸਤਰੀ ਸਾਧੂ ਸਿੰਘ, ਇਹ ਹੁਣ ਇਹਨਾਂ ਦਾ ਪੇਂਟ ਪੂੰਟ ਦੁਬਾਰਾ ਕਰਾਇਆ, ਕਾਫੀ ਕੰਮ ਕਰਵਾਇਆ ਇਹਨਾਂ ਦਾ, 4500 ਦੇ ਕਰੀਬ ਖਰਚਾ ਆਇਆ ਇਹਦਾ, ਅਤੇ ਸੰਗਰੀਏ ਹੀ ਲੈ ਕੇ ਗਏ ਸੀਗੇ। ਇਹਨਾਂ ਦੇ ਕੱਟ ਵਗੈਰਾ ਥੱਲੋਂ ਨਵੇਂ ਪਏ ਆ, ਅਤੇ ਬਹੁਤ ਵਧੀਆ ਚੀਜ਼ ਆ, 1992 ਦੇ ਬਣੇ ਹੋਏ ਆ ਇਹ ਹਾਲਾ।